नमस्कार दोस्तों, सेलिब्रिटी बंदो ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਅਸ਼ੋਕ ਜੀ ਨਾਲ। ਅਸ਼ੋਕ ਜੀ ਨੇ ਇਸ ਸਲਿੰਗ ਸਟਾਰ ਦੇ ਵਿੱਚ ਬਹੁਤ ਹੀ ਸੋਹਣਾ ਕਿਰਦਾਰ ਨਿਭਾਇਆ ਹੈ, ਆਓ ਗੱਲਬਾਤ ਕਰਦੇ ਹਾਂ। ਹਾਂਜੀ ਸਰ। ਹੈਲੋ, ਮੇਰਾ ਨਾਮ ਅਸ਼ੋਕ ਸਲਾਰੀਆ, ਮੈਂ ਇੱਥੋਂ ਤੁਹਾਡੇ ਸ਼ਹਿਰ ਦੇ ਨੇੜੇ ਜਲੰਧਰ ਸ਼ਹਿਰ ਹੈ, ਮੈਂ ਉੱਥੋਂ ਬਿਲੋਂਗ ਕਰਦਾ ਔਰ ਇਸ ਫਿਲਮ 'ਚ ਮੇਰਾ ਇੱਕ ਪੋਜ਼ਿਟਿਵ ਕਰੈਕਟਰ ਹੈ ਕਿ ਬੱਚਿਆਂ ਨੂੰ ਮੈਂ ਉਹਨਾਂ ਦੇ ਮਾਂ ਪਿਓ ਨਾਲ ਤਾਂ ਨਹੀਂ ਪਰ ਉਸ ਜਗ੍ਹਾ 'ਤੇ ਲੈ ਕੇ ਜਾਂਦਾ ਵੀ ਜਿੱਥੇ ਉਹ ਰਹਿੰਦੇ ਨੇ। ਔਰ ਮੇਰਾ ਇੱਕ ਰਾਜਸਥਾਨੀ ਪਰਿਵਾਰ ਹੈ, ਜਿੱਥੇ प्रॉब्लम आ रही है उसके बारे उजागर करने की कोशिश की थी और एक बेहतरीन कोशिश है कि सरकारा की कर सकती है, समाज की कर सकते हैं, ਸਾਡਾ ਕੀ ਫਰਜ਼ ਹੈ ਔਰ ਜੋ ਅਸੀਂ ਸਾਰੇ ਫਰਜ਼ ਇਮਾਨਦਾਰੀ ਨਾਲ ਨਿਭਾਈਏ ਤੇ ਇਹ ਜਿਹੜੀ ਮੁਸ਼ਕਲਾਂ ਕਾਫੀ ਹੱਦ ਤੱਕ ਘੱਟ ਕੀਤੀਆਂ ਜਾ ਸਕਦੀਆਂ। ਜੇ ਗੱਲ ਕਰੀਏ ਆਈਡੀਆ ਦੀ ਤੇ ਜਿਹੜਾ ਇਸ ਫਿਲਮ ਦਾ ਜਿਹੜਾ ਆਈਡੀਆ ਹੈ, ਇਹ ਤੁਹਾਨੂੰ ਕਿੱਥੋਂ ਆਇਆ ਜਾਂ ਤੁਹਾਡੀ ਟੀਮ ਦੇ ਕਿੱਥੋਂ ਆਇਆ? ਇਹ ਆਈਡੀਆ ਮੇਰੇ ਪ੍ਰੋਡਿਊਸਰ ਬਲਕਾਰ ਢਿੱਲੋਂ ਜੀ ਔਰ ਡਾਇਰੈਕਟਰ ਸੰਦੀਪ ਬਾਵਾ ਜੀ ਨੇ ਮਿਲ ਕੇ ਇਹਨੂੰ ਡਿਵੈਲਪ ਕੀਤਾ ਔਰ ਇੱਕ ਬਿਹਤਰੀਨ ਜਿਹੜੀ ਆਈਡੀਆ ਜਿਸ ਤੋਂ ਪਹਿਲੇ ਮੈਂ ਨਹੀਂ ਸੁਣਿਆ ਕਿ ਇਸ ਤਰ੍ਹਾਂ ਦਾ ਆਈਡੀਆ ਟੱਚ ਕੀਤਾ ਗਿਆ। ਜੀ ਹਾਂ, ਗੱਲ ਕਰੀਏ ਜੇ ਸਕਰੀਨ ਦੀ ਤੇ ਕਿਹੜੀਆਂ ਸਕਰੀਨਾਂ ਦੇ ਉੱਤੇ ਰਿਲੀਜ਼ ਹੋ ਰਹੀ ਹੈ ਪਿਕਚਰ? ਹਾਂ ਹਾਂ, ਇਹ ਫਿਲਮ ਥਰੂ ਆਊਟ ਇੰਡੀਆ 'ਚ 400 ਸਕਰੀਨਾਂ ਤੇ ਰਿਲੀਜ਼ ਹੋ ਰਹੀ ਹੈ, ਐਕਸੈਪਟ ਸਾਊਥ ਨਹੀਂ ਅਜੇ ਟੱਚ ਕਰ ਰਹੀ ਹੈ। ਜੀ ਹਾਂ, ਅਗਰ ਗੱਲ ਕਰੀਏ ਹੋਰ ਨਵਾਂ ਭਾਸ਼ਾਵਾਂ ਦੇ ਵਿੱਚ ਤੇ ਕਿਹੜੀ ਕਿਹੜੀ ਲੈਂਗੁਏਜਾਂ ਦੇ ਵਿੱਚ ਜਿਹੜੀ ਆਪ ਵਾਲੇ ਸਮੇਂ ਦੇ ਵਿੱਚ ਫਿਲਮ ਤੁਸੀਂ ਰਿਲੀਜ਼ ਕਰਨ ਬਾਰੇ ਸੋਚਿਆ ਜਾਂ ਇਸ ਸਮੇਂ ਕਿਹੜੀ ਕਿਹੜੀ? ਨਹੀਂ, ਇਹਦੀ ਲਿਟਰ ਪਲੈਨਿੰਗ ਬਾਰੇ ਤਾਂ ਮੈਂ ਅਜੇ ਨਹੀਂ ਦੱਸ ਸਕਦਾ ਕਿਉਂਕਿ ਫਿਲਹਾਲ ਇਹਨੂੰ ਹਿੰਦੀ 'ਚ ਰਿਲੀਜ਼ ਕਰ ਰਹੇ ਹਾਂ। ਅਗਰ ਗੱਲ ਕਰੀਏ ਤੁਹਾਡੇ ਕਰੈਕਟਰ ਦੀ ਤਾਂ ਅਗਰ ਤੁਸੀਂ ਅਗਰ ਕਰੈਕਟਰ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਮੇਨ ਕਿਦਾਂ ਦਾ ਟੱਚ ਹੈ ਉਹਦੇ ਵਿੱਚ ਡਾਇਲੌਗਸ ਕਿਦਾਂ ਦੇ? ਮੇਨ ਮੇਰਾ ਰਾਜਸਥਾਨੀ ਕਰੈਕਟਰ ਹੈ ਕਿ ਬੱਚੇ ਮੇਰੇ ਕੋਲ ਆਉਂਦੇ ਨੇ ਔਰ ਮੈਂ ਪੁੱਛਦੇ ਨੇ ਐਡਰੈਸ ਇੱਕ ਤੇ ਮੈਂ ਬੱਚਿਆਂ ਨੂੰ ਦੱਸਦਾ ਵੀ ਕਿੱਥੇ ਕਰ ਕੇ ਆਉਣਾ। ਜੀ ਹਾਂ, ਇਸ ਦੇ ਨਾਲ ਅਗਰ ਤੁਸੀਂ ਯੂਨੀਵਰਸ ਲੈਵਲ ਦੇ ਉੱਤੇ ਦੇਣਾ ਪਏ ਕੋਈ ਮੈਸੇਜ ਤਾਂ ਕੀ ਦੇਵੋਗੇ ਸਰ? ਯੂਨੀਵਰਸ ਲੈਵਲ ਤੇ ਇਹ ਕੋਈ ਮੈਸੇਜ ਹੈ ਕਿ ਇਦਾਂ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਅਸੀਂ ਉਤਸ਼ਾਹਿਤ ਕਰੀਏ ਕਿ ਉਹ ਸਮਾਜ ਦੀ ਮੁੱਖ ਧਾਰਾ ਜੁੜ ਸਕਣ, ਉਹ ਤਾਂ ਹੀ ਜੁੜਨਗੇ ਜੇ ਅਸੀਂ ਉਹਨਾਂ ਦੇ ਕੁਝ ਹੈਲਪ ਕਰਾਂਗੇ। ਜਿਸ ਤਰ੍ਹਾਂ ਸਾਡੇ ਕੋਲ ਘਰਾਂ 'ਚ ਕੰਮ ਕਰਨ ਵਾਲੇ ਜਾਂ ਕਿਸੇ ਵੀ ਤਰੀਕੇ ਨਾਲ ਅਸੀਂ ਇੱਦਾਂ ਦੇਖਦੇ ਹਾਂ ਉਹਨਾਂ ਦੀ ਵੱਧ ਤੋਂ ਵੱਧ ਹੈਲਪ ਕਰ ਸਕਦੇ ਹਾਂ ਆਪਾਂ ਔਰ ਕਰੀਏ। ਜੀ ਹਾਂ, ਅਗਰ ਗੱਲ ਕਰੀਏ ਰਿਲੀਜ਼ ਦੀ ਤਾਂ ਫਿਲਮ ਕਿਹੜੀ ਡੇਟ ਰਿਲੀਜ਼ ਹੋ ਰਹੀ ਹੈ ਸਰ? ਫਿਲਮ ਜੀ ਲੱਕੀ ਸਰ 7 ਜੁਲਾਈ 2017। ਜੀ ਹਾਂ, 7 ਜੁਲਾਈ ਨੂੰ ਭੁੱਲਣਾ ਨਹੀਂ, ਜਾਣਾ ਜ਼ਰੂਰ, ਦੇਖਣਾ ਜ਼ਰੂਰ ਇਹਨਾਂ ਦੀ ਫਿਲਮ, ਬਹੁਤ ਸੋਹਣਾ ਉਪਰਾਲਾ ਹੈ ਇਸੇ ਨਾਲ ਸਾਰੇ ਦੇ ਲਈ। मुझे मूवी करके बहुत इंस्पिरेशन मिली है और मुझे बहुत अच्छा लगा है कि मैं इस मूवी की पार्ट हूँ। मुझे संदीप सर को थैंक्स बोल रही हूँ, हमारे डायरेक्टर सर को, कि उन्होंने मुझे ये अपॉर्चुनिटी दी और बलकार सर को कि हमारी मूवी प्रोड्यूस कर रहे हैं। बाकी मैं आप सबसे चाहती हूँ कि आप 7 जुलाई को थिएटर जाएं और ये मूवी देखें क्योंकि बहुत अच्छी है, अपनी फैमिली के साथ जाएं और इंजॉय करें। ਜੀ ਹਾਂ, 7 ਜੁਲਾਈ ਦੇ ਉੱਤੇ ਜਦੋਂ ਇਹ ਮੂਵੀ ਲੱਗੇਗੀ ਸਾਰੇ ਜਣੇ ਜ਼ਰੂਰ ਇਹਨਾਂ ਨੂੰ ਦੇਖਣ ਲਈ ਜਾਏ। ਸੋ ਦੋਸਤੋ, ਆਪਾਂ ਹੋਰ ਗੱਲਬਾਤ ਕਰਦੇ ਹਾਂ। ਜਦੋਂ ਤੁਸੀਂ ਇਹ ਮੂਵੀ ਬਣਾ ਰਹੇ ਸੀ ਉਸ ਸਮੇਂ ਤੁਹਾਨੂੰ ਸਕੂਲ ਲੈਵਲ ਦੇ ਉੱਤੇ ਜਾਂ ਕੁਛ ਇੱਦਾਂ ਛੁੱਟੀਆਂ ਐਕਸਟਰਾ ਕਰਨੀਆਂ ਪਈਆਂ ਜਾਂ ਸਟੱਡੀ 'ਚ ਪ੍ਰੋਬਲਮ ਆਈ? ਜੀ ਹਾਂ, ਇੱਕ ਹੋਰ ਨਾਲ ਛੋਟਾ ਕਲਾਕਾਰ ਸਾਡੇ ਨਾਲ ਹੈ ਤੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦਾ? ਮੇਰਾ ਨਾਮ ਹੈ ਚਿਰਾਗਦੀਪ, ਫਰੋਮ ਚੰਡੀਗੜ੍ਹ। ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ 7 ਜੁਲਾਈ ਨੂੰ, ਦ ਸਲਮ ਸਟਾਰ। ਪਲੀਜ਼ ਜ਼ਰੂਰ ਦੇਖਣ ਆਇਓ ਆਪਣੀ ਵਿਦ ਫੈਮਿਲੀ ਨਾਲ। ਇਹ 400 ਸਕਰੀਨਾਂ ਰਿਲੀਜ਼ ਹੋ ਰਹੀ ਹੈ, 400 ਆਲ ਓਵਰ ਇੰਡੀਆ ਦੇ ਵਿੱਚ। ਪਲੀਜ਼ ਜੀ ਜ਼ਰੂਰ ਦੇਖਣ ਜਾਇਓ, ਪੂਰੀ ਸਪੋਰਟ ਕਰਿਓ। ਇਹ ਦ ਸਲਮ ਸਟਾਰ ਪਿਕਚਰ ਤੁਸੀਂ ਇਹ ਪੋਸਟਰ ਵਿੱਚ ਦੇਖ ਰਹੇ ਹੋ, ਬਹੁਤ ਜ਼ਿਆਦਾ ਗੰਦਗੀ ਸੀ। ਇਹ ਤਾਂ ਸ਼ੂਟ ਬੀਕਾਨੇਰ, ਚੰਡੀਗੜ੍ਹ ਅਤੇ ਡੰਪਿੰਗ ਰੋਡ ਵਿੱਚ ਹੋਇਆ। ਇਹਦੇ 'ਚ ਅਸੀਂ 3 ਬੱਚੇ ਹਾਂ,
ਅਸੀਂ ਤਿੰਨ ਸਲਮ ਬੋਇਜ਼ ਹਾਂ, ਇੱਕ ਗਰਲ ਹੈ। ਜੀ ਹਾਂ, ਜੇ ਗੱਲ ਕਰੀਏ ਤੁਹਾਡੇ ਕਰੈਕਟਰ ਦੀ, ਅਸਲ ਦੇ ਵਿੱਚ ਤੁਹਾਡਾ ਕਰੈਕਟਰ ਕਿਸ ਤਰ੍ਹਾਂ ਦਾ? ਜੀ ਮੇਰਾ ਸਲਮ ਸਟਾਰ ਦੇ ਵਿੱਚ ਇੱਕ ਕਨਈਆ ਦਾ, ਮੈਂ ਕਨਈਆ ਦੀ ਮੂਵੀ ਬਣਾ ਰਿਹਾ। ਮੈਨੂੰ ਬਹੁਤ ਅੱਛਾ ਫੀਲ ਹੋ ਰਿਹਾ, ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਵੀ ਮੇਰੀ ਪਹਿਲੀ ਹਿੰਦੀ ਫਿਲਮ ਹੈ। ਜੀ ਹਾਂ, ਬਹੁਤ ਜ਼ਿਆਦਾ ਪ੍ਰਾਊਡ ਹੋ ਰਿਹਾ ਕਿਉਂਕਿ ਇਹਨਾਂ ਦੀ ਪਹਿਲੀ ਹਿੰਦੀ ਫਿਲਮ ਹੈ। ਸੋ ਆਪਾਂ ਕੁਝ ਗੱਲ ਕਰੀਏ ਕੁਝ ਡਾਇਲੌਗਸ ਦੀ, ਤਾਂ ਫਿਲਮ ਦੇ ਕੁਝ ਡਾਇਲੌਗ ਜਿਹੜੇ ਆ ਤੁਸੀਂ ਆਪਣੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰ ਸਕਦੇ ਹੋ? ਜੀ ਮੈਨੂੰ ਡਾਇਲੌਗਸ ਤਾਂ ਨਹੀਂ ਯਾਦ ਵੀ, ਪਰ ਮੈਂ ਐਕਸਪ੍ਰੈਸ਼ਨ ਦਿਖਾ ਦਿੰਦਾ। ਓਕੇ, ਕਿੱਦਾਂ ਲੱਗਿਆ? ਬਹੁਤ ਸੋਹਣਾ ਜੀ, ਐਕਟਿੰਗ ਦਾ ਅੰਦਾਜ਼ ਬਹੁਤ ਸੋਹਣਾ ਜੀ ਇਹਨਾਂ ਦੇ ਨਾਲ। ਸੋ ਨਾਲ ਹੀ ਇੱਕ ਆਪਾਂ ਹੋਰ ਗੱਲਬਾਤ ਕਰਦੇ ਹਾਂ ਗੁੜੀਆ ਦੇ ਨਾਲ। ਗੁੜੀਆ, ਤੁਸੀਂ ਦੱਸੋ ਫਿਲਮ ਦੇ ਵਿੱਚ ਤੁਹਾਡਾ ਜਿਹੜਾ ਰੋਲ ਹੈ ਉਹ ਕਿੱਦਾਂ ਦਾ ਕਿਰਦਾਰ ਹੋਇਆ? ਮੇਰੀ ਗੁੜੀਆ ਦਾ ਕਿਰਦਾਰ ਨਿਭਾਇਆ ਹੈ ਤੋ ਮੁਝੇ ਬਹੁਤ ਅੱਛਾ ਲੱਗਾ, ਔਰ ਮੇਰੇ ਮੈਨੇ ਜਬ ਰੋਲ ਨਿਭਾਇਆ ਤੋ ਮੁਝੇ ਬਹੁਤ ਕੁਝ ਸਿੱਖਨੇ ਕੋ ਮਿਲਾ ਇਸ ਰੋਲ ਕੋ ਕਰਤੇ ਹੋਏ, ਕਿਉਂਕਿ ਜਬ ਹਮ ਡੰਪਿੰਗ ਯਾਰਡ ਕੋ ਦੇਖ ਰਹੇ ਥੇ, ਜਬ ਹਮਨੇ ਬੱਚੋਂ ਕੋ ਅਬਜ਼ਰਵ ਕੀਆ ਕਿ ਲੋਗ ਕੈਸੇ ਵਹਾਂ ਪੇ ਰਹਤੇ ਥੇ, ਵਹੀਂ ਪੇ ਸੀਖਤੇ, ਵਹੀਂ ਪੇ ਖਾਤੇ, ਵਹੀਂ ਪੇ ਪੀਤੇ, ਤੋ ਹਮੇ ਉਸ ਕੋ ਇਨਸਪੀਰੇਸ਼ਨ ਮਿਲੀ ਔਰ ਹਮਨੇ ਰੋਲ ਨਿਭਾਇਆ। ਜੀ ਹਾਂ, ਜਿੱਥੇ ਬਾਲੀਵੁੱਡ ਦੀਆਂ ਫਿਲਮਾਂ ਸਾਰੀਆਂ ਜਿਹੜੀਆਂ ਹੈਗੀਆਂ ਸੋਸ਼ਲ ਚੀਜ਼ਾਂ ਨੂੰ ਛੱਡ ਰਹੀਆਂ ਨੇ, ਉੱਥੇ ਇਹਨਾਂ ਨਿੱਕੇ ਨਿੱਕੇ ਕਿਰਦਾਰਾਂ ਨੇ ਆਪਣਾ ਇੱਕ ਨਵਾਂ ਰੋਲ ਅਦਾ ਕੀਤਾ ਹੈ। ਤੇ ਇਹਨਾਂ ਦੀ ਜਿਹੜੀ ਫਿਲਮ ਹੈਗੀ ਆ 7 ਜੁਲਾਈ ਨੂੰ ਦੀ ਸਲਮ ਸਟਾਰ ਲੱਗਣ ਵਾਲੀ ਆ ਥੀਏਟਰ ਦੇ ਵਿੱਚ। ਸੋ ਸਾਰੇ ਜਣੇ ਦੇਖਣ ਜਾਇਓ, ਤੇ ਜਾਂਦੇ ਜਾਂਦੇ ਇਹਨਾਂ ਤੋਂ ਇੱਕ ਗੱਲ ਕਰਨੀ ਹੈ, ਅਗਰ ਤੁਸੀਂ ਯੂਨੀਵਰਸਲ ਲੈਵਲ ਦੇ ਉੱਤੇ ਦੇਣਾ ਹੋਵੇ ਕੋਈ ਮੈਸੇਜ ਤਾਂ ਕੀ ਦਵੋਗੇ? ਹਮਨੇ ਇਸ ਮੂਵੀ ਸੇ ਮੈਸੇਜ ਯਹੀ ਬਤਾਨਾ ਚਾਹਤੇ ਹੈ ਕਿ ਪਹਿਲੇ ਹਮੇ ਖੁਦ ਕੋ ਇਮਾਨਦਾਰ ਹੋਣਾ ਹੋਗਾ, ਫਿਰ ਹੀ ਹਮ ਸਰਕਾਰ ਕੋ ਬਲੇਮ ਕਰੇਂਗੇ। ਅਗਰ ਹਮ ਖੁਦ ਟੈਕਸ ਟਾਈਮ ਟੂ ਟਾਈਮ ਭਰੇਂਗੇ ਤੋ ਫਿਰ ਸਰਕਾਰ ਵੀ ਖੁਦ ਆਪਣਾ ਕੰਮ ਅੱਛੇ ਸੇ ਕਰੇਗੀ। ਇਹਨਾਂ ਦੇ ਸਲਮ ਦੇ ਬੱਚਿਆਂ ਕੋਲ ਜੇਕਰ ਅਸੀਂ ਟੈਕਸ ਭਰਾਂਗੇ ਤਾਂ ਉਹਨਾਂ ਲਈ ਕੁਛ ਨਾ ਕੁਛ ਤਾਂ ਕਰੂਗੀ ਸਰਕਾਰ, ਪੱਕਾ ਕਰੂਗੀ। ਪਲੀਜ਼ ਜੀ ਤੁਸੀਂ ਟੈਕਸ ਭਰਿਓ, ਜ਼ਰੂਰ ਭਰਿਓ। ਤੇ ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ, ਪਾਪਾ ਵਰਕਸ਼ਾਪ ਲਾਉਂਦੇ ਨੇ ਕਲਾਗ੍ਰਾਮ, ਉੱਥੇ ਸਾਰੇ ਸਲਮ ਦੇ ਬੋਇਜ਼ ਨੇ, ਉਹਨਾਂ ਲਈ ਮੇਰਾ 21 ਜੂਨ ਨੂੰ ਮੇਰਾ ਬਰਥਡੇ ਸੀ, ਉਹਨਾਂ ਨਾਲ ਮੈਂ ਸਲਮ ਦੇ ਬੱਚੇ ਨਾਲ ਬਰਥਡੇ ਵੀ ਮਨਾਇਆ। ਬਹੁਤ ਸੋਹਣਾ ਜੀ, ਤੁਹਾਨੂੰ ਸੈਲੀਬ੍ਰਿਟੀ ਬੋਲ ਦੇ ਵਿੱਚ ਸਾਡੇ ਨਾਲ ਹੈਗੇ ਆ ਦੀ ਸਲਮ ਸਟਾਰ ਦੀ ਕਾਸਟ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਉਹਨਾਂ ਦੀ ਐਕਟਿੰਗ ਬਾਰੇ। ਹਾਂਜੀ ਮੈਮ, ਤੁਹਾਡਾ ਇਸ ਦੇ ਵਿੱਚ ਕਿਸ ਤਰ੍ਹਾਂ ਦਾ ਰੋਲ ਸੀ? ਹੈਲੋ ਜੀ, ਮੇਰਾ ਨਾਮ ਗੋਨੀ ਸਗੂ ਹੈ। ਇਸ ਫਿਲਮ 'ਚ ਮੇਰਾ ਇੱਕ ਬਹੁਤ ਹੀ ਨੈਗੇਟਿਵ ਕਿਰਦਾਰ ਹੈ ਜਿਹਨੂੰ ਕਰਨ 'ਚ ਮੈਨੂੰ ਬਹੁਤ ਬਹੁਤ ਮਜ਼ਾ ਆਇਆ। ਰੋਲ ਖਤਰਨਾਕ ਹੈ ਬਟ ਉਹਦੇ ਨਾਲ ਖੇਲਣ 'ਚ ਬਹੁਤ ਅੱਛਾ ਲੱਗਾ, ਕਿਉਂਕਿ ਇੱਕ ਚੈਲੇਂਜਿੰਗ ਰੋਲ ਸੀ।